ਮੈਨੂੰ ਇਹ ਨਹੀਂ ਸਮਝ ਲੱਗੀ ਕਿ ਉੱਥੇ ਇਹੋ ਜਿਹਾ ਸਨੀ ਕੈਂਤ ਨੇ ਕੀ ਮੰਗਿਆ ਸੀ ਕਿ ਜਿਹੜਾ ਉੱਥੇ ਕਾਂਗਰਸੀ ਕਹਿ ਲਓ ਬਿੱਟੂ ਦੇ ਕਹਿ ਲਓ ਜੋ ਵੀ ਬੰਦੇ ਸੀ ਜਿਨ੍ਹਾਂ ਨੇ ਕੁੱਟਿਆ ਉਹਦੀ ਪੱਗ ਲਾਈ ਬੈਂਸ ਤਾਂ ਚੱਲ ਲੀਡਰ ਮੰਨ ਲਿਆ ਆਮ ਬੰਦਾ ਤਾਂ ਜਾ ਕੇ ਤੁਹਾਨੂੰ ਪੁੱਛ ਸਕਦਾ ਉਹ ਤੁਸੀਂ ਤਾਂ ਲੀਡਰਾਂ ਦਾ ਚਪੇੜਾ ਮਾਰ ਮਾਰ ਪੱਗਾਂ ਰੋਲਦੇ ਹੋ ਆਮ ਬੰਦੇ ਨੂੰ ਤਾਂ ਤੁਸੀਂ ਕੀ ਕਰੋਗੇ ਮੌਕੇ 'ਤੇ ਅਰੈਸਟ ਕਿਉਂ ਨਹੀਂ ਕੀਤੇ ਉਹ ਕਿਉਂ ਨਹੀਂ ਕੀਤੇ ਬਸ ਕਿਉਂਕਿ ਉਹ ਮੌਜੂਦਾ ਸਰਕਾਰ ਦੇ ਬੰਦੇ ਆ ਇਸ ਕਰਕੇ ਮੈਂ ਕਾਨੂੰਨ ਸੀਪੀ ਸਾਹਿਬ ਨੂੰ ਰਿਕੁਐਸਟ ਕਰੂੰਗਾ ਹੱਥ ਜੋੜ ਕੇ ਕਿ ਕੀ 295 ਨਹੀਂ ਬਣਦੀ ਜੇ ਨਹੀਂ ਬਣਦੀ ਲਾਈਵ ਹੋ ਕੇ ਤੁਸੀਂ ਸਾਰੀਆਂ ਸਿਹਤ ਤੁਸੀਂ ਪੂਰਾ ਬਹੁਤ ਵਧੀਆ ਤਰੀਕੇ ਨਾਲ 1700 ਰੁਪਏ ਦੀ ਕਿੱਟ ਵੀ ਦੇ ਰਹੇ ਹੋ ਤੁਸੀਂ ਵਧੀਆ ਤਰੀਕੇ ਨਾਲ ਸਾਰਾ ਕੋਵਿਡ ਦਾ ਇਲਾਜ ਵੀ ਦੱਸਿਆ 295 ਇਹ ਵੀ ਪੜ੍ਹ ਲਓ ਉਹ ਵੀ ਬੜੀ ਸੌਖੀ ਆ ਕਿ ਕੀ ਹੁੰਦੀ ਹੈ 295 ਸਾਡੇ ਸਾਰਿਆਂ ਦੀ ਰਿਲੀਜੀਅਸ ਭਾਵਨਾ ਹਰਟ ਹੋਈ ਆ ਤੇ ਬਿੱਟੂ ਦਾ ਦਫ਼ਤਰ ਕੀ ਇਹੋ ਜਿਹਾ ਜਿਹੜਾ 300 ਕਹਿੰਦੇ 300 ਬੰਦਾ ਨਹੀਂ ਸੀ ਯਾਰ ਵੀਡੀਓ 'ਚ ਤੁਸੀਂ 150-200 ਤੇ ਬੰਦਾ ਦਿਖਦਾ ਪਿਆ ਤੇ ਕਿਵੇਂ ਨਹੀਂ ਸੀ ਮੈਂ ਕਹਿੰਦਾ ਜੀ ਕ੍ਰੋਸ ਪਰਚਾ ਇਸ ਇੰਸੀਡੈਂਟ ਦੇ ਵਿੱਚ ਕਿਸ ਹਾਲਾਤਾਂ 'ਚ ਬਣੂਗਾ ਮੈਂ ਇਹ ਪੁੱਛੂੰਗਾ ਸੀਪੀ ਸਾਹਿਬ ਜੇ ਇਹਨਾਂ 'ਤੇ ਕ੍ਰੋਸ ਪਰਚਾ ਹੋ ਗਿਆ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਚਲੋ ਤੁਸੀਂ ਕੁਛ ਨਹੀਂ ਕਰਨਾ ਤੁਸੀਂ ਕੁੱਟੋ ਤਾਂ ਨਾ ਯਾਰ ਤੁਸੀਂ ਗਾਲਾਂ ਕੱਢਣ ਕੱਢ ਲਈਆਂ ਤੁਸੀਂ ਚਪੇੜਾ ਮਾਰ ਲਈਆਂ ਤੁਸੀਂ ਪੱਗ ਲਾ ਦੀ ਸਰਦਾਰ ਬੰਦੇ ਦੀ ਯਾਰ ਕਮਾਲ ਯਾਰ ਇਹ ਪੰਜਾਬ ਫਿਰ ਤੁਸੀਂ ਕਹਿੰਦੇ ਹਿਮਾਚਲ ਜਾਂਦੇ ਆ ਸਰਦਾਰਾਂ ਦੀ ਬੇਇੱਜ਼ਤੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ ਅੱਜ ਆਪਣੀ ਲਾਈਫ ਦੇ ਵਿੱਚ ਮੈਂ ਦੂਜੀ ਵਾਰ ਲਾਈਵ ਹੋ ਰਿਹਾ ਪਹਿਲੀ ਵਾਰ ਹੋਇਆ ਸੀ ਕਰੋਨਾ ਦੇ ਰਿਲੇਟਿਡ ਕਿ ਕਰੋਨਾ ਬੜੀ ਭਿਆਨਕ ਬਿਮਾਰੀ ਆ ਆਪਾਂ ਸਾਰਿਆਂ ਨੂੰ ਬੜਾ ਇਤਿਆਤ ਵਰਤਣੀ ਪੈਣੀ ਆ ਅੱਜ ਆਪਣੀ ਲਾਈਫ ਦੀ ਦੂਜੀ ਵਾਰ ਵੀ ਮੈਂ ਕਰੋਨਾ ਦੇ ਰਿਲੇਟਿਡ ਹੀ ਲਾਈਵ ਹੋਇਆ ਪਰ ਉਹਦਾ ਵਿਸ਼ਾ ਥੋੜ੍ਹਾ ਜਿਹਾ ਵੱਖਰਾ ਹੈ ਅੱਜ ਮੈਂ ਲਾਈਵ ਇਸ ਕਰਕੇ ਨਾ ਇੱਕ ਆਮ ਨਾਗਰਿਕ ਦੇ ਤੌਰ 'ਤੇ ਲਾਈਵ ਹੋ ਰਿਹਾ ਨਾ ਕਿ ਬੀਂਗ ਅ ਪ੍ਰੈਜੀਡੈਂਟ ਆਫ ਲੀਗਲ ਸੈੱਲ ਆਫ ਲੋਕ ਇਨਸਾਫ ਪਾਰਟੀ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਮੈਂ ਲੀਗਲ ਸੈੱਲ ਲੋਕ ਇਨਸਾਫ ਪਾਰਟੀ ਦੇ ਕਰਕੇ ਪ੍ਰੈਜੀਡੈਂਟ ਕਰਕੇ ਲਾਈਵ ਨਹੀਂ ਹੋ ਰਿਹਾ ਮੈਂ ਇੱਕ ਆਮ ਸਿਟੀਜ਼ਨ ਆਮ ਇਨਸਾਨ ਹੋਣ ਦੇ ਨਾਤੇ 'ਤੇ ਲਾਈਵ ਹੋ ਰਿਹਾ ਜੋ ਅੱਜ ਵਾਪਰਿਆ ਦੋਸਤੋ ਅੱਜ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸਨੀ ਕੈਂਤ ਦੇ ਨਾਲ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਉੱਥੇ ਇਹੋ ਜਿਹਾ ਸਨੀ ਕੈਂਤ ਨੇ ਕੀ ਮੰਗਿਆ ਸੀ ਕਿ ਜਿਹੜਾ ਉੱਥੇ ਕਾਂਗਰਸੀ ਕਹਿ ਲਓ ਬਿੱਟੂ ਦੇ ਕਹਿ ਲਓ ਜੋ ਵੀ ਬੰਦੇ ਸੀ ਜਿਨ੍ਹਾਂ ਨੇ ਕੁੱਟਿਆ ਉਹਦੀ ਪੱਗ ਲਾਈ ਕਿਉਂ ਲਾਈ ਮੈਨੂੰ ਇਹ ਨਹੀਂ ਸਮਝ ਲੱਗੀ ਮੇਰੇ ਕੋਲ ਉਹਨਾਂ ਦੀ ਕਾਪੀ ਆਈ ਬਿਆਨਾਂ ਦੀ ਸਨੀ ਕੈਂਤ ਜੀ ਦੇ ਭੇਜੀ ਆ ਕਿ ਵਕੀਲ ਸਾਹਿਬ ਪੜ੍ਹਿਓ ਅਤੇ ਮੈਂ ਪੜ੍ਹੀ ਅਤੇ ਮੈਨੂੰ ਬੜਾ ਦੁੱਖ ਲੱਗਿਆ ਕਿ ਇੱਕ ਐਸ ਐਚ ਓ ਨੇ ਖੁਦ ਫੋਨ ਕਰਕੇ ਬਿਆਨ 'ਚ ਵੀ ਦੱਸਿਆ ਉਹਨੇ ਵੀਡੀਓ 'ਚ ਵੀ ਦੱਸਿਆ ਐਸ ਐਚ ਓ ਨੇ ਖੁਦ ਫੋਨ ਕਰਕੇ ਡਿਵੀਜ਼ਨ ਨੰਬਰ 8 ਦੇ ਐਸ ਐਚ ਓ ਨੇ ਸਨੀ ਕੈਂਤ ਨੂੰ ਬੁਲਾਇਆ ਕਿ ਆ ਕੇ ਆਪਣਾ ਮੰਗ ਪੱਤਰ ਦੇ ਦਿਓ ਮੈਂ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਐਸ ਐਚ ਓ ਨੇ ਉੱਥੇ 5 ਬੰਦੇ ਬੁਲਾ ਕੇ ਲੋਕ ਇਨਸਾਫ ਪਾਰਟੀ ਦੇ ਬੁਲਾ ਕੇ ਅਤੇ ਉੱਧਰੋਂ 400-300 ਬੰਦਾ ਬੁਲਾ ਕੇ ਉਹਨਾਂ ਨੂੰ ਆਹਮਣੇ ਸਾਹਮਣੇ ਕਰਤਾ ਅਤੇ ਆਹ ਪਿੱਛੇ ਹੋ ਕੇ ਖੜ ਕੇ ਦੇਖਣ ਲੱਗ ਗਿਆ ਕਿ ਹਾਂ ਜੀ ਕਰ ਲਓ ਜੋ ਕਰਨਾ ਉਹ ਵੀ ਚਲੋ ਠੀਕ ਆ ਜੀ ਉਹ ਮੈਂ ਸਮਝਦਾ ਕਿ ਐਸ ਐਚ ਓ ਤੋਂ ਸਿਚੁਏਸ਼ਨ ਨਹੀਂ ਸਾਂਭੀ ਗਈ ਅਤੇ ਐਸ ਐਚ ਓ ਸਾਹਿਬ ਪਿੱਛੇ ਹੋ ਗਏ ਮੈਂ ਕਹਿੰਦਾ ਕਿ ਸਨੀ ਕੈਂਤ ਨੇ ਉੱਥੇ ਕੀ ਮੰਗਿਆ ਸੀ ਇਹੋ ਜਿਹਾ ਜਿਹੜਾ ਉਹਦੀ ਪੱਗ ਲਾਉਣ ਤੱਕ ਨੌਬਤ ਆ ਗਈ ਸੇਵਾ ਸਾਰੇ ਹੀ ਕਰਦੇ ਨੇ ਗੱਲ ਹੁੰਦੀ ਆ ਕੋਈ ਕੁਛ ਲੋਕ ਦੱਸਣਾ ਚਾਹੁੰ ਦੱਸ ਕੇ ਕੋਈ ਫੋਟੋ ਕਰਾ ਕੇ ਕੋਈ ਲਾਈਵ ਹੋ ਕੇ ਕਰਦਾ ਇਹ ਕਰੋਨਾ ਮਹਾਂਮਾਰੀ ਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੀ ਸੇਵਾ ਕੀਤੀ ਅਸੀਂ ਲੋਕਾਂ ਨੂੰ ਰਾਸ਼ਨ ਦਿੱਤੇ ਅਸੀਂ ਮਤਲਬ ਸੈਨੇਟਾਈਜ਼ਰ ਦਿੱਤੇ ਅਸੀਂ ਮਾਸਕ ਵੰਡੇ ਪਰ ਕਿਸੇ ਦੀ ਫੋਟੋ ਨਹੀਂ ਖਿੱਚੀ ਅਸੀਂ ਇੱਥੇ ਤੱਕ ਕਿ ਕੁਆਰੰਟਾਈਨ ਸੈਂਟਰ ਵੀ ਬਣਾ ਤਾ ਜੇ ਕਿਸੇ ਦੋ ਮੈਂ ਨਾਮ ਨਹੀਂ ਲੈਣਾ ਕਿੱਥੇ ਬਣਾਇਆ ਜੇ ਕਿਤੇ ਦੋਸਤ ਨੂੰ ਵਹਿਮ ਹੋਵੇ ਕਿ ਇਹ ਐਡਾ ਕੁਆਰੰਟਾਈਨ ਸੈਂਟਰ ਇਹਨਾਂ ਨੇ ਕਿਵੇਂ ਬਣਾ ਤਾ ਅਤੇ ਉਹ ਮੇਰੇ ਕੋਲ ਮੇਰੇ ਫੋਨ ਨੰਬਰ ਹੈਗਾ 95-96-0-11 'ਤੇ ਮੈਨੂੰ ਫੋਨ ਕਰੇ ਮੈਂ ਐਡਰੈਸ ਦੇ ਦੂੰਗਾ ਉੱਥੇ ਜਾ ਕੇ ਦੇਖ ਲਵੇ ਉੱਥੇ ਕਿੰਨੇ ਬੈੱਡ ਲੱਗੇ ਅਤੇ ਕੁਆਰੰਟਾਈਨ ਸੈਂਟਰ ਲੰਗਰ ਉੱਥੇ ਚੱਲਦਾ ਤਿੰਨੇ ਟਾਈਮ ਅਸੀਂ ਪਰ ਲਾਈਵ ਨਹੀਂ ਹੋਏ ਕਿ ਅਸੀਂ ਐਡੇ ਬੈੱਡ ਲਾ ਤੇ ਅਸੀਂ ਕੁਆਰੰਟਾਈਨ ਹੋ ਗਏ ਅਸੀਂ ਮਤਲਬ ਕੁਆਰੰਟਾਈਨ ਸੈਂਟਰ ਬਣਾ ਤਾ ਪਰ ਇਹ ਕਿਹੜੀ ਸੇਵਾ ਹੈ ਕਿ ਤੁਸੀਂ ਕਿਸੇ ਨੂੰ ਬੋਲਣ ਹੀ ਨਾ ਦਿਓ ਤੁਸੀਂ ਕਹਿੰਦੇ ਹੋ ਜੀ ਅਸੀਂ MP ਬਣ ਗਏ ਜਾਂ ਅਸੀਂ ਸਾਡੀ ਸਰਕਾਰ ਬਣ ਗਈ ਇਹਦਾ ਮਤਲਬ ਇਹ ਥੋੜ੍ਹੀ ਕਿ ਦੂਜਾ ਬੰਦਾ ਬੋਲ ਹੀ ਨਹੀਂ ਕੁਛ ਸਕਦਾ ਇਹ ਗੱਲ ਤਾਂ ਬਿਲਕੁਲ ਸੱਚ ਹੈ ਹਰ ਬੰਦੇ ਨੂੰ ਪਤਾ ਹੈ ਕਿ ਲੁਧਿਆਣੇ ਦੇ ਵਿੱਚ ਵੈਂਟੀਲੇਟਰ ਦੀ ਕਮੀ ਹੈ ਪਰ ਸਾਡਾ ਮੈਟਰੋਪੋਲੀਟਨ ਸਿਟੀ ਹੋਵੇ ਲੁਧਿਆਣੇ ਅਤੇ ਉਹਦੇ ਸਿਵਲ ਹੋਸਪਿਟਲ ਦੇ ਵਿੱਚ ਵੈਂਟੀਲੇਟਰ ਹੀ ਨਾ ਹੋਵੇ ਇਹ ਕਿੱਡੀ ਕੁ ਵਧੀਆ ਗੱਲ ਆ ਜੇ ਹੈਗਾ
ਤੇ ਮੈਂ ਕਹਿੰਦਾ ਚਲੋ ਮੈਂ ਹੁਣੇ ਤੁਹਾਡੇ ਦੇ ਨਾਲ ਤੁਸੀਂ ਮੈਨੂੰ ਫੋਨ ਕਰੋ ਪ੍ਰਸ਼ਾਸਨ ਜਿਹੜਾ ਮਰਜ਼ੀ ਬੰਦਾ ਤੁਹਾਨੂੰ ਫੋਨ ਕਰੇ ਮੈਂ ਸਿਵਲ ਹਸਪੀਟਲ ਉਹਨਾਂ ਦੇ ਨਾਲ ਚੱਲਦਾ ਚੱਲ ਕੇ ਦੇਖਦਾ ਕਿਹੜਾ ਵੈਂਟੀਲੇਟਰ ਪਿਆ ਤੇ ਕੀ ਉਹ ਵਰਕ ਕਰ ਰਿਹਾ ਜੇ ਹੈਗਾ ਤਾਂ ਆਪ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਨੇ ਆਪ ਲਾਈਵ ਹੋ ਕੇ ਬਿਆਨ ਦਿੱਤੇ ਹੋਏ ਨੇ ਕਿ ਅਗਰ ਵੈਂਟੀਲੇਟਰ ਹੋਵੇ ਵੀ ਉੱਥੇ ਸਟਾਫ ਕੈਪੇਬਲ ਨਹੀਂ ਹੈਗਾ ਵੈਂਟੀਲੇਟਰ ਚਲਾਉਣ ਵਾਸਤੇ ਤੇ ਕੀ ਸਨੀ ਕੈਂਤ ਨੇ ਉੱਥੇ ਬਾਹਰ ਪੀਸਫੁਲੀ ਜੇ ਇਹ ਗੱਲ ਕਹਿਤੀ ਕਿ ਹਾਂਜੀ ਭਾਜੀ ਉੱਥੇ ਸਿਵਲ ਦੇ ਵਿੱਚ ਵੈਂਟੀਲੇਟਰ ਨਹੀਂ ਹੈਗੇ ਕਿ ਭਾਜੀ ਉੱਥੇ ਤੁਸੀਂ ਵੈਂਟੀਲੇਟਰ ਲਵਾ ਦਿਓ ਤੇ ਕੀ ਮਾੜਾ ਕੀ ਕਹਿਤਾ ਉਹਨੇ ਕਿਹੜਾ ਆਪਣੇ ਪਰਸਨਲ ਪਰਿਵਾਰ ਲਈ ਮੰਗ ਲਿਆ ਸੀ ਵੈਂਟੀਲੇਟਰ ਦੀ ਮੰਗ ਰੱਖਣਾ ਵੀ ਇੱਕ ਪਾਪ ਹੋ ਗਿਆ ਇਸ ਦੇਸ਼ 'ਚ ਕਮਾਲ ਆ ਯਾਰ ਤੁਸੀਂ ਕਹਿੰਦੇ ਹੋ ਬੜੀ ਮੇਰੇ ਕੋਲ ਸਾਰੇ ਲੋਕਾਂ ਨੇ ਲਾਈਵ ਦੇਖਿਆ ਮੇਰੇ ਮੈਂ ਪੱਤਰਕਾਰ ਵੀਰ ਮੀਡੀਆ ਵਾਲਿਆਂ ਨੂੰ ਵੀ ਕਹੂੰਗਾ ਯਾਰ ਹਜੇ ਵੀ ਕੋਈ ਪਰੂਫ ਚਾਹੀਦਾ ਆਪਾਂ ਨੂੰ ਤੁਸੀਂ 20 ਪੱਤਰਕਾਰ ਉੱਥੇ ਮੌਜੂਦ ਸੀ ਤੁਹਾਡੇ ਸਾਹਮਣੇ ਹੱਥ ਜੋੜ ਕੇ ਲੋਕ ਇਨਸਾਫ ਪਾਰਟੀ ਦੇ ਮੈਂਬਰ ਖੜੇ ਸੀ ਪੰਜ ਜਾਣੇ ਸੀ ਗਿਣਤੀ ਦੇ ਤੇ ਉਹਨੂੰ ਪੰਜਾਂ ਨੂੰ ਉਹਨਾਂ ਨੇ ਸਿਰਫ ਇਹ ਮੰਗ ਰੱਖੀ ਕਿ ਵੈਂਟੀਲੇਟਰ ਸਿਵਲ ਹਸਪੀਟਲ ਦੇ ਵਿੱਚ ਵੀਰੋ ਨਹੀਂ ਹੈਗਾ ਤੇ ਉਹ ਕਹਿੰਦੇ ਤੁਹਾਡਾ ਤਾਂ ਕੰਮ ਹੀ ਰੌਲਾ ਪਾਉਣਾ ਇਹੀ ਕਿਹਾ ਉਹਨਾਂ ਨੇ ਚਾਹੇ ਵੀਡੀਓ 'ਚ ਸੁਣ ਲਿਓ ਜੇ ਮੈਂ ਗਲਤ ਹੋਇਆ ਮੈਨੂੰ ਲਾਈਵ 'ਚ ਹੀ ਦੱਸ ਦਿਓ ਜੋ ਕਹੋਗੇ ਉਹ ਮੈਂ ਤੁਸੀਂ ਉੱਚੀ ਜਾਂ ਮੈਂ ਨੀਵੀਂ ਬਹਿ ਕੇ ਛਿੱਤਰ ਖਾ ਲੂੰਗਾ ਤੇ ਕਦੇ ਲਾਈਵ ਨਹੀਂ ਹੋ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਨਾ ਕਿ ਉੱਥੇ ਵੈਂਟੀਲੇਟਰ ਹੈ ਨਹੀਂ ਤੇ ਤੁਸੀਂ ਕੀ ਕਿਹਾ ਜਾਓ ਜਾਓ ਤੁਹਾਡਾ ਤਾਂ ਕੰਮ ਹੀ ਇਹ ਆ ਤੇ ਤੁਸੀਂ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹਦਾ ਮਤਲਬ ਤਾਂ ਇਹ ਹੋਇਆ ਕਿ ਫਿਰ ਤਾਂ ਤੁਸੀਂ ਸੈਕਟਰੇਟ 'ਚ ਜਾਓ ਜਿੰਨੀ ਓਪੋਜੀਸ਼ਨ 'ਚ ਪਾਰਟੀਆਂ 'ਚ ਪੇੜਾ ਮਾਰੋ ਭਜਾ ਦਿਓ ਉਹਨਾਂ ਨੂੰ ਪੱਲੇ ਹੀ ਜੋ ਮਰਜ਼ੀ ਕਰੀ ਜਾਓ ਉੱਥੇ ਕਹਿ ਦਿਓ ਅਸੀਂ ਵੈਂਟੀਲੇਟਰ ਨਹੀਂ ਵੈਂਟੀਲੇਟਰ 'ਤੇ ਦਰਖਤ ਹੀ ਲਾਤੇ ਮੈਨੂੰ ਤਾਂ ਇਹ ਸਮਝ ਲੱਗਦੀ ਹੈ ਕਿ ਸ਼ਾਇਦ ਤੁਹਾਨੂੰ ਵੈਂਟੀਲੇਟਰ ਦਾ ਮਤਲਬ ਹੀ ਨਹੀਂ ਪਤਾ ਕਾਂਗਰਸੀਓ ਕਿ ਵੈਂਟੀਲੇਟਰ 'ਤੇ ਕਹਿ ਦਿਓ ਸਿਵਲ ਹਸਪਤਾਲ 'ਚ ਦਰਖਤ ਲੱਗੇ ਹੋਏ ਨੇ ਆਕਸੀਜਨ ਉੱਥੋਂ ਲੈ ਲਓ ਉਹ ਆਰਟੀਫਿਸ਼ੀਅਲ ਸਾਹ 5-6 ਦਿਨ ਪਹਿਲਾਂ DMC ਦੇ ਬਾਹਰ ਬੰਦਾ ਮਰ ਗਿਆ ਉਹਨੂੰ ਬੈੱਡ ਨਹੀਂ ਮਿਲਿਆ ਤੇ ਤੁਸੀਂ ਹਜੇ ਗੱਲਾਂ ਮਾਰਦੇ ਹੋ ਕਿ ਹਾਂਜੀ ਸਾਡੇ ਬੜੇ ਪੁਖਤਾ ਅਰੇਂਜਮੈਂਟ ਹੋਏ ਹੋਏ ਨੇ ਕਿਹਨੂੰ ਦਿਖਾਉਂਦੇ ਹੋ ਲੋਕ ਤਾਂ ਮਰਦੇ ਪਏ ਨੇ ਮੈਂ ਆਡੀਓ ਸੁਣਾ ਦਿੰਦਾ ਤੁਹਾਨੂੰ ਸਿਵਲ ਹਸਪੀਟਲ 'ਚੋਂ ਅਗਲਾ ਰਜਿੰਦਰਾ ਲੈ ਕੇ ਜਾਂਦੇ ਆ ਕਹਿੰਦੇ ਸਾਡੇ ਕੋਲ ਇਲਾਜ ਹੈ ਨਹੀਂ ਤੁਸੀਂ ਰਜਿੰਦਰਾ ਲੈ ਜਾਓ ਤੇ ਅਗਲੇ ਰਜਿੰਦਰਾ ਦੇ ਵਿੱਚ ਜੋ ਹਾਲ ਆ ਮੈਂ ਤੁਹਾਨੂੰ ਹੁਣ ਲਾਈਵ ਸੁਣਾਉਣਾ ਨਹੀਂ ਚਾਹੁੰਦਾ ਕਿ ਡੀਮੋਰਲਾਈਜ਼ ਹੋ ਜਾਣਗੇ ਲੋਕ ਕਿ ਸਾਡੇ ਦੇਸ਼ ਦਾ ਹਾਲ ਕੀ ਆ ਆ ਸੁਣ ਲਓ ਹੈਲੋ ਆ ਸੁਣੋ ਹੈਲੋ ਮੰਮੀ ਠੀਕ ਹੋ ਠੀਕ ਹੋ ਬਹੁਤ ਠੀਕ ਹਾਂ ਕੁੱਤਾ ਵੱਟ ਕਿਉਂ ਆ ਤੇ ਕੋਈ ਨਹੀਂ ਹੁੰਦਾ ਕਫੀ ਜਨੇ ਕਫੀ ਜਨੇ ਆ ਕੋਈ ਮੈਂ ਕਹਿੰਦਾ ਕੋਈ ਤੋਂ ਬੁਝਣਾ ਇਹ ਮਾਰਾ ਹਾਲ ਹੈ ਇਹ ਰਜਿੰਦਰਾ ਦੇ ਵਿੱਚ ਪੇਸ਼ੈਂਟ ਆ ਮੇਰੇ ਖੁਦ ਦੇ ਦੋਸਤ ਦੀ ਮਦਰ ਦਾਖਲ ਰਹੇ ਉੱਥੇ ਚਾਹ ਨੂੰ ਤਰਸਦੇ ਰਹੇ ਬੈੱਡ ਗਿੱਲਾ ਗਿੱਲਾ ਆ ਉਹ ਮੈਂ ਕਹਿੰਦਾ ਅਸੀਂ ਰਜਿੰਦਰਾ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਬਜ਼ੁਰਗ ਨੂੰ ਭੇਜ ਦਿੰਦੇ ਹਾਂ ਸੀਰੀਅਸ ਪੇਸ਼ੈਂਟ ਨੂੰ ਉਹਦੇ ਉੱਤਲਾ ਜਿਹੜਾ ਅਟੈਂਡੈਂਟ ਹੁੰਦਾ ਛੱਡਣ ਜਾਂਦਾ ਉਹ ਬਾਹਰ ਬੈਠਾ ਉਹ ਬਾਹਰ ਤੁਸੀਂ ਉਹਨੂੰ ਛੱਡ ਦਿੰਦੇ ਹੋ ਰੋਲ ਦਿੰਦੇ ਉੱਥੇ ਤੁਸੀਂ ਕੋਈ ਅਰੇਂਜਮੈਂਟ ਕੀਤਾ ਹੋਇਆ ਕਿ ਤੁਸੀਂ ਰਜਿੰਦਰਾ ਦੇ ਵਿੱਚ ਪੇਸ਼ੈਂਟ ਲੈ ਜਾਓ ਤੇ ਆਪ ਤੁਸੀਂ ਸਾਹਮਣੇ ਘਰ 'ਚ ਰਹਿ ਲਿਓ ਅਟੈਂਡੈਂਟ ਉੱਤਲਾ ਕੀ ਕਰੇ ਤੁਸੀਂ ਕਹਿ ਦਿੰਦੇ ਹੋ ਜੀ ਲੋੜ ਹੀ ਹੈ ਨਹੀਂ ਲੋੜ ਕੀ ਅੰਦਰ ਚਾਹ ਤਾਂ ਤੁਹਾਨੂੰ ਕੋਈ ਪਿਆਉਂਦਾ ਨਹੀਂ ਅਗਲੇ ਪੇਸ਼ੈਂਟ ਨੂੰ ਮਰਦੇ ਹੋ ਪਏ ਨੇ ਤੇ ਤੁਸੀਂ ਕਹਿੰਦੇ ਹੋ ਕਿ ਸਾਡੇ ਅਰੇਂਜਮੈਂਟ ਨੇ ਕੀ ਆਪਾਂ ਉਸ ਬੰਦੇ ਦਾ ਕੁਝ ਸੋਚਿਆ ਜਿਹੜਾ ਬੰਦੇ ਨੂੰ ਤੁਸੀਂ ਕਹਿੰਦੇ ਹੋ ਸਿਵਲ ਤੋਂ ਰੈਫਰ ਕਰਤਾ ਜੀ ਰਜਿੰਦਰਾ ਲੈ ਜਾਓ ਜਾਓ ਰਜਿੰਦਰਾ ਦੀ ਕਦੇ ਅਰੇਂਜਮੈਂਟ ਕਰਾ ਕੇ ਦਿੱਤਾ ਕਿਸੇ ਨੇ ਕੁਛ ਨਹੀਂ ਅਰੇਂਜਮੈਂਟ ਕਰਾ ਕੇ ਦਿੱਤਾ ਅਗਲੇ ਬਾਹਰ ਖੜੇ ਰਹਿੰਦੇ ਤਾਰਾਂ ਲਾਈਆਂ ਹੋਈਆਂ ਰੱਸੀਆਂ ਨਾਲ ਅੰਦਰ ਨਹੀਂ ਜਾ ਸਕਦੇ ਬਾਹਰ ਖੜੋ ਤੇ ਅਗਲੇ ਦੀ ਕੌਣ ਬਰਦਾਸ਼ਤ ਕਰ ਲੂਗਾ ਕਿ ਜਿਹਦੀ ਮਾਂ ਚਾਹ ਦੇ ਕੱਪ ਲਈ ਮਰ ਜਾਵੇ ਕਿ ਉਹਨੂੰ ਚਾਹ ਦਾ ਕੱਪ ਨਸੀਬ ਨਾ ਹੋਵੇ ਤੁਹਾਨੂੰ ਲੀਡਰਾਂ ਸਾਰਿਆਂ ਨੂੰ ਤਾਂ VIP ਟ੍ਰੀਟਮੈਂਟ ਮਿਲਦੇ ਆ ਚਲੋ ਜੀ ਫੋਨ ਕੀਤਾ ਹੈਲੋ ਆ ਰਹੇ ਹਾਂ ਜੀ DMC ਬੈੱਡ ਖਾਲੀ ਹੋ ਜਾਂਦਾ ਆਮ ਬੰਦੇ ਨਾਲ ਮੈਂ ਲਾਈਵ ਤੁਹਾਡੇ ਨਾਲ ਹੋ ਕੇ ਹੁਣ DMC ਫੋਨ ਲਾ ਲੈਣਾ ਜੇ ਮੈਨੂੰ ਬੈੱਡ ਮਿਲ ਜਾਵੇ ਆ ਜਾਓ ਮੈਂ ਹੁਣ ਫੋਨ ਕਰਦਾ ਕਿ ਮੇਰਾ 50 ਸਾਲ ਦਾ ਬਜ਼ੁਰਗ ਫਾਦਰ ਆ ਉਹਨੂੰ ਸ਼ੂਗਰ ਦਾ ਪੇਸ਼ੈਂਟ ਆ ਕਰੋਨਾ ਪੋਜ਼ਿਟਿਵ ਆ ਦੱਸੋ ਬੈੱਡ ਹੈਗਾ ਜਵਾਬ ਆਊਗਾ ਸਾਡੇ ਕੋਲ ਹੈ ਨਹੀਂ ਤੁਸੀਂ ਕਹਿੰਦੇ ਹੋ ਅਰੇਂਜਮੈਂਟ ਕਰਤੇ ਕਿਹੜੇ ਅਰੇਂਜਮੈਂਟ ਕਰਤੇ ਸਿਵਲ ਹਸਪੀਟਲ 'ਚ ਮੰਗ ਆ ਤੁਸੀਂ ਲਾ ਦਿਓ ਵੈਂਟੀਲੇਟਰ ਕੀ ਤਕਲੀਫ ਆ ਸਾਨੂੰ ਦੱਸੋ ਅਸੀਂ ਡੋਨੇਸ਼ਨ ਦੇਵਾਂਗੇ ਤੁਹਾਨੂੰ ਡੋਨੇਟ ਕਰਾਂਗੇ ਪੈਸੇ ਤੁਸੀਂ ਲਾਓਗੇ ਸਾਡੇ ਦਿੱਤੇ ਹੋਏ ਵੈਂਟੀਲੇਟਰ ਕਰਾਂਗੇ ਉੱਧਰ ਮੈਂ ਹੁਣ ਰਾਜੀਵ ਰਾਜੇ ਦੀ ਇੱਕ ਨਿਊਜ਼ ਚੈਨਲ ਤੇ ਇੰਟਰਵਿਊ ਸੁਣ ਰਿਹਾ ਸੀ ਕਹਿੰਦਾ ਸ਼ਰਮ ਨਹੀਂ ਆਉਂਦੀ ਭਾਨ ਇਕੱਠੀ ਕਰਕੇ ਵੈਂਟੀਲੇਟਰ ਲੱਗ ਦਿੰਦਾ ਰਾਜੀਵ ਰਾਜਾ ਜੀ ਮੈਨੂੰ ਵੀ ਪਤਾ ਭਾਨ ਇਕੱਠੀ ਕਰਕੇ ਵੈਂਟੀਲੇਟਰ ਨਹੀਂ ਲੱਗਦੇ ਪਰ ਇਹ ਕੰਮ ਸਰਕਾਰਾਂ ਦੇ ਨੇ ਲੋਕਾਂ ਦੇ ਨਹੀਂ ਰਾਸ਼ਨ ਬਣਾਉਣ ਲੋਕ ਰੋਟੀਆਂ ਖਵਾਉਣ ਲੋਕ ਲੰਗਰ ਲਾਉਣ ਲੋਕ ਫਿਰ ਸਰਕਾਰ ਕਾਹਦੇ ਵਾਸਤੇ ਆ ਘਰੇ ਬੈਠਣ ਲਈ VIP ਵੀਲਿੰਗ ਲੈਣ ਲਈ ਕਮਾਲ ਆ ਯਾਰ ਅਸੀਂ ਨਹੀਂ ਬੋਲ ਸਾਡਾ ਦੇਸ਼ ਆਜ਼ਾਦ ਹੋ ਗਿਆ ਗੋਰਿਆਂ ਤੋਂ ਪਰ ਤੁਸੀਂ ਨਾ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਦਿਵਾਉਂਦੇ ਹੋ ਕਿ ਅੱਜ ਵੀ ਗੁਲਾਮ ਆ ਕਿ ਬੋਲ ਨਹੀਂ ਸਕਦੇ ਸੱਚ ਸੱਚ ਹੀ ਬੋਲਿਆ ਨੇ ਝੂਠ ਤਾਂ ਨਹੀਂ ਬੋਲਿਆ ਕਿ ਸਿਵਲ ਹਸਪੀਟਲ ਵਿੱਚ ਵੈਂਟੀਲੇਟਰ ਹੈ ਨਹੀਂ ਜੇ ਹੈਗੇ ਆ ਤਾਂ ਦਿਖਾਓ ਚਲੋ ਹੁਣ ਚੈਲੰਜ ਕਰਦਾ ਚੱਲ ਮੇਰੇ ਨਾਲ ਤੂੰ ਕਹਿੰਦਾ ਕਿ ਜਿੰਨੇ ਕਾਂਗਰਸੀਆਂ ਦੀ ਮੈਂ ਹੁਣ ਇੰਟਰਵਿਊ ਦੇਖਦਾ ਮੈਂ ਸਾਰੇ ਕਹਿੰਦਾ ਕੋਈ ਸਪੈਸ਼ਲ ਬੰਦੇ ਨਹੀਂ ਚਾਹੀਦੇ ਵੈਂਟੀਲੇਟਰ ਚਲਾਉਣ ਲਈ ਉਹ ਮਹਾਰਾਜ ਜੀ ਜੇ ਐਂਡੋਸਕੋਪੀ ਵੀ ਮੂੰਹ 'ਚੋਂ ਕਰਨੀ ਹੋਵੇ ਨਾ ਉਹਦੇ ਲਈ ਵੀ ਸਪੈਸ਼ਲਿਸਟ ਚਾਹੀਦਾ ਇਹ ਤਾਂ ਫਿਰ ਵੈਂਟੀਲੇਟਰ ਆ
ਇਹ ਕੋਈ ਸੀਵਰੇਜ ਦਾ ਪਾਈਪ ਨਹੀਂ ਜਿਹਨੇ ਮਰਜ਼ੀ ਚੱਕ ਕੇ ਪਾਈਪ ਵਿੱਚ ਵਾੜਤੀ ਸੀਵਰੇਜ ਦੇ ਗਟਰ ਦੇ ਵਿੱਚ ਇਹ ਮੂੰਹ ਦੇ ਵਿੱਚ ਪਾਉਣੀ ਹੁੰਦੀ ਹੈ ਪੈਪ ਇਹਦੇ ਲਈ ਵੀ ਸਪੈਸ਼ਲਿਟੀ ਚਾਹੀਦੀ ਆ ਇਹ ਨਹੀਂ ਜੀ ਸਪੈਸ਼ਲਿਟੀ ਚਾਹੀਦੀ ਜਿਹੜਾ ਮਰਜ਼ੀ ਨਰਸ ਸਟਾਫ ਉੱਤੇ ਡਾਕਟਰ ਆਵੇ ਚੱਕ ਕੇ ਵੈਂਟੀਲੇਟਰ ਲਾ ਦੇਵੇ ਚਲੋ ਲਾਵਾਂਗੇ ਤਾਂ ਜੇ ਉੱਥੇ ਹੋਊ ਤੁਸੀਂ ਦੱਸੋ ਮੈਂ ਲਾਈਵ ਹੋ ਕੇ ਫੋਨ ਕਰਦਾ ਡੀਐਮਸੀ ਸੀਐਮਸੀ ਅਪੋਲੋ ਮੈਂ ਕਹਿੰਦਾ ਤੁਸੀਂ ਮੈਨੂੰ ਬੈੱਡ ਦਿਖਾ ਦਿਓ ਜੇ ਮਿਲ ਜਾਵੇ ਮਾੜਾ ਕੀ ਕਰਦੇ ਪਏ ਉਹ ਤੁਹਾਨੂੰ ਸਲਾਹ ਹੀ ਦੇਣ ਗਏ ਸੀ ਜੇ ਤੁਹਾਨੂੰ ਉੱਚਾ ਬੋਲੇ ਨੀਵਾਂ ਬੋਲੇ ਤੁਹਾਨੂੰ ਗਾਲ ਕੱਢੀ ਤੁਸੀਂ ਕੁੱਟੋ ਯਾਰ ਹੈ ਉਹ ਤੁਹਾਨੂੰ ਵੈਂਟੀਲੇਟਰ ਦੀ ਰਿਕੁਐਸਟ ਕਰਨ ਗਏ ਤੁਸੀਂ ਅੱਗੋਂ ਕਹਿਤਾ ਤੁਹਾਡਾ ਤਾਂ ਕੰਮ ਹੀ ਹੈ ਬੋਲਣਾ ਚਪੇੜਾ ਮਾਰੋ ਜੀ ਪੱਗ ਲਾ ਤੀ ਤੁਸੀਂ ਕੀ ਦਿਖਾਉਂਦੇ ਲੋਕਾਂ ਨੂੰ ਜੇ ਤੁਸੀਂ ਪੰਜਾਬ 'ਚ ਹੀ ਪੱਗ ਦੀ ਮਾਣ ਨਹੀਂ ਨਾ ਰੱਖ ਸਕਦੇ ਪੰਜਾਬ 'ਚ ਹੀ ਤੇ ਫਿਰ ਬਾਹਰਲੇ ਮੁਲਕ ਬਾਹਰਲੀ ਸਟੇਟ ਤੋਂ ਕੀ ਰੱਖਦੇ ਹੋ ਹਿਮਾਚਲ 'ਚ ਜਾ ਕੇ ਜੁੱਤੀ ਹੀ ਪੈਣੀ ਹੈ ਸਰਦਾਰਾਂ ਦੇ ਹੋਰ ਉੱਥੇ ਪੁੱਲ ਧਾਰ ਰਹੇ ਆ ਉਹਨਾਂ ਨੇ ਨਾ ਪੰਜਾਬ 'ਚ ਤਾਂ ਤੁਹਾਨੂੰ ਸਾਰੇ ਸੜਕਾਂ 'ਤੇ ਰੋਲਦੇ ਆ ਚਪੇੜਾ ਮਾਰ ਮਾਰ ਕੇ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਹੋ ਪੱਗਾਂ ਦਾ ਤੁਹਾਨੂੰ ਵੈਲਿਊ ਪੱਗ ਦੀ ਵਾਕਈ ਨਹੀਂ ਪਤਾ ਅੱਛਾ ਆਹ ਹੁਣ ਆਹ ਬਿਆਨ ਹੋ ਗਏ ਆ ਮੈਂ ਪੁੱਛਣਾ ਹੁਣ 295 ਇਹਨੂੰ ਕੁਛ ਰਹਿ ਜਾਂਦਾ ਜਾਂ ਤੁਹਾਨੂੰ ਡੈਫੀਨੇਸ਼ਨ ਨਹੀਂ ਪੁਲਿਸ ਵਾਲਿਆਂ ਨੂੰ ਪਤਾ ਬੈਂਸ ਜਾਵੇ ਫਾਸਟ ਵੇ ਦੇ ਦਫ਼ਤਰ ਉਹਦੇ ਉਹ ਬਾਹਰ 2000 ਬੰਦਾ ਲੈ ਕੇ ਚੱਲ ਜਾਵੇ ਉਹਦੇ 'ਤੇ ਪਰਚਾ ਪਤਾ ਕਾਹਦਾ ਹੁੰਦਾ 354 ਦਾ ਜੀ ਲੇਡੀ ਪੁਲਿਸ ਅਫਸਰ ਛੇੜਤੀ ਬੈਂਸ ਜਾਵੇ ਸਤਲੁਜ ਦੇ ਪੁਲ 'ਤੇ ਰੇਤਾ ਚੋਰੀ ਰੋਕਣ ਲਈ ਉੱਥੇ 307 ਦਾ ਪਰਚਾ ਕਰ ਦਿੰਦੇ ਹੋ ਬੈਂਸ ਜਾਵੇ ਵੇਰਕਾ ਉੱਥੇ ਕਰ ਦਿੰਦੇ ਹੋ ਬੈਂਸ ਪਾਸਪੋਰਟ ਦੀ ਰਿਸ਼ਵਤ ਰੋਕਣ ਜਾਵੇ ਪਾਸਪੋਰਟ ਆਫਿਸ ਦੇ ਦਾਇਰੇ ਦਾ ਤੁਸੀਂ ਕਹਿ ਦਿੰਦੇ ਹੋ ਇੰਨੇ ਦਾਇਰੇ 'ਚ ਤੂੰ ਆ ਨਹੀਂ ਸਕਦਾ ਸਿਮਰ ਬੈਂਸ ਠੀਕ ਆ ਜੀ ਉਹ ਨਹੀਂ ਆਉਂਦਾ ਉਹ ਆਮ ਬੰਦਾ ਤਾਂ ਆ ਸਕਦਾ ਬੈਂਸ ਤਾਂ ਚੱਲ ਲੀਡਰ ਮੰਨ ਲਿਆ ਆਮ ਬੰਦਾ ਤਾਂ ਜਾ ਕੇ ਤੁਹਾਨੂੰ ਪੁੱਛ ਸਕਦਾ ਉਹ ਤੁਸੀਂ ਤਾਂ ਲੀਡਰਾਂ ਦਾ ਚਪੇੜਾ ਮਾਰ ਮਾਰ ਪੱਗਾਂ ਰੋਲਦੇ ਹੋ ਆਮ ਬੰਦੇ ਨੂੰ ਤਾਂ ਤੁਸੀਂ ਕੀ ਕਰੋਗੇ ਕੋਈ ਤੁਹਾਡੇ ਤੋਂ ਸਵਾਲ ਨਹੀਂ ਨਾ ਪੁੱਛ ਸਕਦਾ ਅਕਾਲੀਆਂ ਨੇ ਘੱਟ ਨਹੀਂ ਕੀਤੀ ਸੀ ਪਰ ਤੁਸੀਂ ਕਾਂਗਰਸੀਓ ਮਜਬੂਰ ਕਰਤਾ ਇਹ ਗੱਲ ਕਹਿਣ ਤੋਂ ਕਿ ਯਾਰ ਉਹ ਅਕਾਲੀ ਚੰਗੇ ਸੀ ਤੁਹਾਡੇ ਨਾਲ ਉਹ ਤਾਂ ਅਕਾਲੀ ਚੰਗੇ ਸੀ ਯਾਰ ਕੋਈ ਸੁਣਵਾਈ ਤਾਂ ਕੋਈ ਇੰਨਾ ਬੁਰਾ ਹਾਲ ਨਹੀਂ ਸੀ ਮੇਰੇ ਹਿਸਾਬ ਨਾਲ ਜੇ ਅਕਾਲੀ ਹੁੰਦੇ ਸ਼ਾਇਦ ਉਹ ਪੱਗ ਲਾਉਣ ਲੱਗੇ 100 ਵਾਰ ਸੋਚਦੇ ਜ਼ਰੂਰ ਤੁਸੀਂ ਤਾਂ ਮਿੰਟ ਲਾਇਆ ਹੁੜ 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 ਕਰਕੇ ਅਗਲੇ ਦੀ ਪੱਗ ਲਾ ਕੇ ਉਹ ਮਾਰੀ ਹੁਣ ਮੀਡੀਆ ਵਾਲੇ ਪੁੱਛਦੇ ਆ ਪਰੂਫ ਪੁਲਿਸ ਪੁੱਛਦੀ ਆ ਪਰੂਫ ਉਹ ਲਾਈਵ ਮੀਡੀਆ ਉੱਥੇ ਸੀਗੀ ਕਵਰੇਜ ਹੈਗਾ ਇੱਕ ਗਾਲ ਨਹੀਂ ਕਿਸੇ ਨੇ ਕੱਢੀ ਹਜੇ ਵੀ ਤੁਹਾਨੂੰ ਪਰੂਫ ਚਾਹੀਦਾ ਹਜੇ ਵੀ ਮੈਨੂੰ ਨਹੀਂ ਪਤਾ ਕਿਹੜਾ ਪਰੂਫ ਚਾਹੀਦਾ ਬਾਈ ਪਰੂਫ ਨਹੀਂ ਹੈ ਨਹੀਂ ਹੋ ਸਕਦਾ ਪਰੂਫ ਇਹ ਜੇ ਹੁਣ ਵੀ ਪਰੂਫ ਚਾਹੀਦਾ ਕੋਈ ਪਰੂਫ ਕੋਈ ਬੰਦਾ ਜ਼ਿੰਦਗੀ 'ਚ ਪਰੂਫ ਕਰ ਹੀ ਨਹੀਂ ਸਕਦਾ ਤੁਹਾਨੂੰ ਅਤੇ ਜੋ ਹਾਲਾਤ ਨੇ ਯਾਰ ਤੁਸੀਂ ਪਾਰਟੀਆਂ ਤੋਂ ਉੱਤੇ ਉੱਠ ਖੜੋ ਯਾਰ ਕਾਂਗਰਸੀਓ ਅਕਾਲੀਓ ਸਾਰੇ ਜਾਣੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਤਾ ਨਹੀਂ ਸ਼ਾਇਦ ਇੱਥੇ ਕਿਸੇ ਨੇ ਬਚਣਾ ਜਿਵੇਂ ਦੇ ਹਾਲਾਤ ਹੋਏ ਪਏ ਨੇ ਆਪਾਂ ਲੋਕ ਅਰਦਾਸ ਕਰੀਏ ਆਪਾਂ ਲੋਕ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਨੂੰ ਸਲਾਹ ਦਈਏ ਹੈ ਨਾ ਕਿ ਆਪਾਂ ਬਚਾਉਣ ਦੇ ਰਸਤੇ ਵੱਲ ਨੂੰ ਤੁਰੀਏ ਕਿ ਅੱਜ ਹਾਲਾਤ ਕੀ ਆ ਮਾਰਚ ਦੇ ਅੰਦਰ ਬੈਠੇ ਹਾਂ ਅਸੀਂ ਵਕੀਲ ਸਾਰੇ ਠੀਕ ਆ ਮਾਰਚ ਦੇ ਅੰਦਰ ਬੈਠੇ ਹਾਂ ਪਰ ਅਸੀਂ ਬਾਹਰ ਨਹੀਂ ਨਿਕਲ ਰਹੇ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਪਰ ਸਿਰਫ ਇਸ ਕਰਕੇ ਕਿ ਚੱਲ ਇੱਕ ਵਾਰ ਔਖੇ ਸੌਖੇ ਇਹ ਸਮਾਂ ਕੱਢੀਏ ਬਚਾਅ ਹੋਵੇ ਸਾਰੇ ਦਾ ਸਭ ਦਾ ਮੈਂ ਇਹ ਨਹੀਂ ਕਹਿੰਦਾ ਕਿਸੇ ਪਰਟੀਕੁਲਰ ਕਾਂਗਰਸੀ ਅਕਾਲੀ ਹਿੰਦੂ ਮੁਸਲਮਾਨ ਸਭ ਮੇਰੇ ਭਰਾ ਨੇ ਜਿਹੜੇ ਇਸ ਦੇਸ਼ 'ਚ ਰਹਿੰਦੇ ਨੇ ਸਭ ਦਾ ਬਚਾਅ ਹੋਵੇ ਇੱਕ ਵਾਰ ਅਤੇ ਫਿਰ ਆਪਾਂ ਦੇਖੀਏ ਇਹ ਪਾਰਟੀ ਸਪੂਟੀਜ਼ ਤਾਂ ਬਾਅਦ 'ਚੋਂ ਆਉਣੀਆਂ ਜੇ ਆਪਾਂ ਜ਼ਿੰਦਾ ਰਹਿ ਗਏ ਇਹ ਸਰਕਾਰਾਂ ਸੁਰਖੂਰਾਂ ਬਾਅਦ 'ਚੋਂ ਬਣਨੀਆਂ ਨੇ ਬਾਈ ਅੱਜ ਲੋੜ ਕੀ ਆ ਅੱਜ ਆਪਾਂ ਲੋੜ ਆ ਵੈਂਟੀਲੇਟਰਾਂ ਦੀ ਅੱਜ ਲੋੜ ਆ ਮੈਡੀਕਲ ਫੈਸਿਲਿਟੀ ਦੀ ਅੱਜ ਚਲਾਨ ਕਰਨੇ ਅੱਜ ਕੁੱਟਣਾ ਮਾਰਨਾ ਇਹ ਲੋਕ ਇਹ ਕੋਈ ਹੱਲ ਨਹੀਂ ਹੈਗਾ ਮੁਸੀਬਤ ਦਾ ਅੱਜ ਬਹੁਤ ਵੱਡੀ ਮਹਾਂਮਾਰੀ ਫੈਲੀ ਹੋਈ ਆ ਸਾਡੇ ਏਰੀਏ ਦੇ ਤਲਵਾਰ ਸਾਹਿਬ ਨੇ MLA ਉਹਨਾਂ ਨੂੰ ਵੀ ਕੋਰੋਨਾ ਪੋਜ਼ਿਟਿਵ ਆ ਗਿਆ ਬੜਾ ਦੁੱਖ ਆ ਚਾਹੇ ਕਾਂਗਰਸ ਦੇ MLA ਨੇ MLA ਤਾਂ MLA ਹੀ ਆ ਨਾ ਸਾਡੇ MLA ਆ ਲੋਕਾਂ ਦੀ ਸੇਵਾ ਕਰਦਾ ਸੀ ਸਿਮਰ ਬੈਂਸ ਦੀ ਤਬੀਅਤ 3 ਦਿਨ ਹੋ ਗਏ ਖਰਾਬ ਆ ਅੱਜ ਵੀ ਨਹੀਂ ਉਹ ਆਏ ਉਹ ਵੀ ਠੀਕ ਨਹੀਂ ਹੈਗੇ ਅਤੇ ਅਨੇਕਾਂ ਪੁਲਿਸ ਅਫਸਰ ਸਲੂਟ ਕਰਦਾ ਅਨੇਕਾਂ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਹਜੇ ਵੀ ਜਾਨ 'ਤੇ ਖੇਡ ਕੇ ਲੋਕਾਂ ਦੀ ਸੇਵਾ ਕਰਦੇ ਹੋਏ ਕਰੋਨਾ ਹੋਇਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹੋਇਆ ਠੀਕ ਆ ਜੀ ACP ਕੋਹਲੀ ਸਾਹਿਬ ਸ਼ਹੀਦ ਹੋ ਗਏ ਮੈਂ ਤਾਂ ਸ਼ਹੀਦ ਹੀ ਕਹੂੰਗਾ ਜਿਹੜਾ ਬੰਦਾ ਇਹੋ ਜਿਹੀ ਮਹਾਂਮਾਰੀ 'ਚ ਲੜ ਕੇ ਆਪਣੇ ਪ੍ਰਾਣ ਦੇ ਬੈਠਾ ACP ਕੋਹਲੀ ਸਾਹਿਬ ਨੂੰ ਤਾਂ ਮੈਂ ਸ਼ਹੀਦ ਹੀ ਕਹੂੰਗਾ ਠੀਕ ਆ ਬੜੇ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਕਿ ਇਸ ਮਹਾਂਮਾਰੀ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਹੋਏ ਕਰੋਨਾ ਪੋਜ਼ਿਟਿਵ ਹੋਏ ਉਹਨਾਂ ਦੇ ਘਰਦਿਆਂ ਨੂੰ ਹੋਇਆ ਦੁੱਖ ਉਹਨਾਂ ਨੂੰ ਬਹੁਤ ਮਤਲਬ ਤਕਲੀਫਾਂ ਹੋਈਆਂ ਅੱਜ ਵੀ ਉਹ ਆਪਣੀ ਡਿਊਟੀ 'ਤੇ ਖੜ੍ਹੇ ਅਸੀਂ ਘਰੇ ਬੈਠੇ ਹਾਂ ਪਰ ਇੱਕ ਇਹੋ ਜਿਹੇ ਵੀ ਅਫਸਰ ਆ SHO ਸਾਹਿਬ ਡਿਵੀਜ਼ਨ ਨੰਬਰ 8 ਵਾਲੇ ਜਿਹੜੇ ਆਪ ਆ ਕੇ ਤਮਾਸ਼ਾ ਦੇਖਦੇ ਆ ਉਹ ਮਹਾਰਾਜ ਸਾਰੇ ਇੱਕੋ ਜਿਹੇ ਨਹੀਂ ਮੈਂ ਕਹਿੰਦਾ ਹੈਗੇ ਪਰ ਮੈਂ ਪੰਜਾਬ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ DC ਸਾਹਿਬ ਨੂੰ ਸਭ ਨੂੰ ਬੇਨਤੀ ਕਰਦਾ ਇੱਕ ਕਾਂਗਰਸ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਮੈਂ ਹੱਥ ਜੋੜਦਾ ਬਾਈ ਜੀ ਮੈਂ ਲੀਗਲ ਸੈੱਲ ਦੇ ਪ੍ਰੈਜੀਡੈਂਟ ਲੀਗਲ ਸੈੱਲ ਦੇ ਨਾ ਕਿ ਪ੍ਰੈਜੀਡੈਂਟ ਹੋਣ ਦੇ ਨਾਤੇ 'ਤੇ ਰਿਕੁਐਸਟ ਨਹੀਂ ਕਰਦਾ ਮੈਂ ਆਮ ਸਿਟੀਜ਼ਨ ਇੱਕ ਆਮ ਇਨਸਾਨ ਲੁਧਿਆਣੇ ਦੇ ਹੋਣ ਦੇ ਨਾਤੇ ਤੁਹਾਨੂੰ ਰਿਕੁਐਸਟ ਕਰਦਾ ਕਿ ਯਾਰ ਥੋੜ੍ਹੇ ਦਿਨ ਪਾਰਟੀ ਭੁੱਲ ਕੇ ਸੇਵਾ ਵੀ ਨਾ ਛੱਡੋ ਆਪਣੇ ਫਰਜ਼ ਹੀ ਨਿਭਾ ਦਿਓ ਯਾਰ ਜੋ ਮੌਜੂਦਾ ਸਰਕਾਰ ਦੇ ਫਰਜ਼ ਨੇ ਬਾਈ ਜੀ ਉਹ ਨਿਭਾ ਲਓ
ਇਹ ਵੈਂਟੀਲੇਟਰ ਬੈੱਡ ਫੈਸਿਲਿਟੀਆਂ ਇਹ ਸਾਰੀਆਂ ਮੈਡੀਕਲ ਫੈਸਿਲਿਟੀਆਂ ਦਵਾਓ ਲੋਕਾਂ ਨੂੰ ਕਿ ਲੋਕ ਬਚ ਸਕਣ। ਇਹ ਨਹੀਂ ਕਿ ਆਪਾਂ ਗੋਗਲੂਆਂ ਤੋਂ ਮਿੱਟੀ ਝਾੜਦੇ ਫਿਰੀਏ, ਚਪੇੜਾਂ ਮਾਰ ਦਈਏ ਜੇ ਕੋਈ ਬੰਦਾ ਤੁਹਾਨੂੰ ਸੱਚ ਦੱਸਦਾ। ਜੇ ਉਹ ਝੂਠ ਬੋਲਦੇ ਉਹਨਾਂ 'ਤੇ ਪਰਚਾ ਦਿਓ। ਮੈਂ ਕਹਿੰਦਾ ਜੀ ਮੈਂ ਉਸਦਾ ਗਵਾਹ ਬਣੂੰਗਾ ਕਿ ਮੈਂ ਮੌਜੂਦਾ ਵੀਡੀਓ ਦੇਖੀ ਸੀ ਜਿਹਦੇ ਵਿੱਚ ਇਹ ਝੂਠ ਬੋਲ ਰਹੇ ਸੀ ਕਿ ਸਿਵਲ ਹੋਸਪਿਟਲ ਦੇ ਵਿੱਚ ਬੈੱਡ ਹੈਗੇ ਆ, ਬੈੱਡ ਕੀ ਵੈਂਟੀਲੇਟਰ ਹੈਗੇ, ਉਹਨੂੰ ਚਲਾਉਣ ਵਾਲੇ ਬੰਦੇ ਹੈਗੇ ਆ ਔਰ ਵੈਂਟੀਲੇਟਰ ਲੱਗੇ ਹੋਏ ਨੇ, ਕਿਸੇ ਨੂੰ ਰੈਫਰ ਕਰਨ ਦੀ ਕੋਈ ਲੋੜ ਨਹੀਂ ਪੈ ਰਹੀ ਸਿਵਲ ਹੋਸਪਿਟਲ। ਜੇ ਗੱਲ ਸੱਚ ਆ ਤਾਂ ਮੈਂ ਆਪ ਕਹੂੰਗਾ ਇਹ ਪੰਜ ਬੰਦਿਆਂ 'ਤੇ, ਹਰਜਾਪ ਗਿੱਲ ਐਡਵੋਕੇਟ ਗਿੱਲ ਹੋ ਗਿਆ ਇਹਨਾਂ ਸਾਰਿਆਂ 'ਤੇ, ਅਤੇ ਸਨੀ ਅਤੇ ਦੋ ਬੰਦੇ ਹੋਰ ਨੇ, ਇਹਨਾਂ 'ਤੇ ਪਰਚਾ ਦਰਜ ਕਰ ਦਿਓ ਯਾਰ। ਝੂਠ ਬੋਲ ਰਹੇ ਸੀ, ਗੁੰਮਰਾਹ ਕਰ ਰਹੇ ਸੀ, ਜਿਹੜਾ ਪਰਚਾ ਦੇਣਾ ਤੁਸੀਂ ਦੇ ਦਿਓ। ਪਰ ਜੇ ਉਹ ਸੱਚ ਬੋਲ ਰਹੇ ਸੀ ਯਾਰ ਫਿਰ ਤਾਂ ਨਹੀਂ ਬਣਦਾ। ਫਿਰ ਚਲੋ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਕੁੱਟੋ ਤਾਂ ਨਾ ਯਾਰ, ਤੁਸੀਂ ਗਾਲਾਂ ਕੱਢਣ ਕੱਢ ਲਈਆਂ, ਤੁਸੀਂ ਚਪੇੜਾਂ ਮਾਰ ਲਈਆਂ, ਤੁਸੀਂ ਪੱਗ ਲਾ ਦੀ ਸਰਦਾਰ ਬੰਦੇ ਦੀ ਯਾਰ, ਕਮਾਲ ਯਾਰ ਇਹ ਪੰਜਾਬ ਆ। ਫਿਰ ਤੁਸੀਂ ਕਹਿੰਦੇ ਹਿਮਾਚਲ ਜਾਂਦੇ ਆ ਸਰਦਾਰਾਂ ਦੀ ਬੇਇੱਜ਼ਤੀ ਹੁੰਦੀ ਆ, ਕਿਉਂ ਨਾ ਹੋਵੇ ਪੰਜਾਬ 'ਚ ਤਾਂ ਤੁਸੀਂ ਹਲਾ ਮੰਡੀਰ ਜੀ ਆਈ ਮਾਰ ਕੇ ਪੱਗ ਹੋ ਗਈ ਲਾਤੀ। ਮਰਜ਼ੀ ਆ ਬਾਈ, ਮੇਰੀ ਹੱਥ ਜੋੜ ਕੇ ਬੇਨਤੀ ਆ ਇੰਨਾ ਧੱਕਾ ਨਾ ਕਰੋ। ਲੋਕਾਂ ਨੂੰ ਉਮੀਦਾਂ ਤਾਂ ਅੱਗੇ ਹੀ ਹੈ ਨਹੀਂ, ਪਰ ਇੰਨਾ ਧੱਕਾ ਨਾ ਕਰੋ ਕਿ ਲੋਕ ਸੋਚਣਗੇ ਯਾਰ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ। ਹੱਥ ਬੰਨ ਕੇ ਬੇਨਤੀ ਆ ਤੁਹਾਡੇ ਮੂਹਰੇ, ਜੇ ਮੈਂ ਕੁਛ ਗਲਤ ਕਹਿਤਾ ਹੋਵੇ ਮੈਂ ਮਾਫ਼ੀ ਮੰਗਦਾ, ਪਰ ਗਲਤ ਜੇ ਮੈਨੂੰ ਮੈਂ ਅੱਛਾ ਇੱਕ ਗੱਲ ਹੋਰ, ਮੇਰੀ ਰਿਕੁਐਸਟ ਆ ਕੋਈ ਬੰਦਾ ਵੀਡੀਓ ਨੂੰ ਲਾਈਕ ਲੁਇਕ ਨਾ ਕਰੇ ਯਾਰ, ਲਾਈਕਾਂ ਵਾਸਤੇ ਵੀਡੀਓ ਨਹੀਂ ਪਾਈ, ਦਿਲ ਦੁਖਿਆ ਤਾਂ ਵੀਡੀਓ ਪਾਈ, ਮੈਨੂੰ ਲਾਈਕ ਨਹੀਂ ਚਾਹੀਦੇ ਕੋਈ ਵੀਡੀਓ 'ਤੇ ਲਾਈਕ ਨਹੀਂ। ਮੈਂ ਗਲਤ ਹਾਂ ਮੈਨੂੰ ਕਮੈਂਟ ਕਰੋ ਮੈਨੂੰ, ਮੈਂ ਉਹਦਾ ਜਵਾਬ ਦਊਂ ਤੁਹਾਨੂੰ। ਜੇ ਤੁਸੀਂ ਮੈਨੂੰ ਪੁੱਛਣਾ ਤੂੰ ਮਨਵੀਰ ਕੁਆਰੰਟਾਈਨ ਸੈਂਟਰ ਦੇ ਵਿੱਚ ਕੀ ਸਹਿਯੋਗ ਪਾਇਆ, ਮੈਂ ਉਹ ਦੱਸੂ। ਮੇਰੇ ਦੋਸਤ ਦੇ ਹੋਸਪਿਟਲ ਦੇ ਵਿੱਚ ਕੁਆਰੰਟਾਈਨ ਸੈਂਟਰ ਚੱਲ ਰਿਹਾ ਜਿੱਥੇ ਮੁਲਾਜ਼ਮਾਂ ਦਾ ਇਲਾਜ ਹੋਊ ਬੈਠਣਗੇ, ਪਰ ਮੈਂ ਲਾਈਵ ਹੋ ਕੇ ਨਹੀਂ ਦੱਸਿਆ। ਬੈਂਸ ਸਾਹਿਬ ਨੇ ਮੈਂ ਇਕੱਠੇ ਰਲ ਕੇ, ਜਦੋਂ ਸਰਕਾਰ ਤੋਂ ਰਾਸ਼ਨ ਨਹੀਂ ਆਇਆ ਸੀ ਉਸ ਦੁਕਾਨ ਦਾ ਬਿੱਲ ਪਿਆ ਹੋਊ, ਮੇਰੇ ਦੋਸਤ ਦੀ ਦੁਕਾਨ ਹੈ ਅਰਜੁਨ ਦੀ, ਉੱਥੋਂ ਰਾਸ਼ਨ ਲੈ ਕੇ ਲੋਕਾਂ ਨੂੰ ਦਿੱਤਾ ਗਰੀਬ ਲੋਕਾਂ ਨੂੰ, ਪਰ ਵੀਡੀਓ ਨਹੀਂ ਪਾਈ। ਜਿਹੜੇ ਲੋਕਾਂ ਨੂੰ ਦੋਸਤਾਂ ਨੂੰ ਕਚਹਿਰੀ ਦੇ ਵਿੱਚ ਮੇਰੇ ਦੋਸਤਾਂ ਨੂੰ ਲੋੜ ਸੀ, ਉਹਨਾਂ ਨੂੰ ਚੋਰੀ ਚੁੱਪ ਚਪੀਤੇ ਪੈਸੇ ਫੜਾਏ ਕਿ ਲੈ ਭਾਈ ਜੀ ਮੈਂ ਕੋਈ ਅਰਬਾਂ ਖਰਬਾਂ ਪਤਾ ਨਹੀਂ ਹੈਗਾ ਕਿ ਮੇਰੇ ਕੋਲ ਬਹੁਤ ਪੈਸਾ, ਪਰ ਮੈਂ ਇਹ ਸੋਚਿਆ ਕਿ ਯਾਰ ਅੱਜ 200-2000 ਮੈਂ ਜੋ ਕਰ ਸਕਿਆ। ਅੱਛਾ ਕਿਸੇ ਦੋਸਤ ਦੇ ਰਿਸ਼ਤੇਦਾਰ ਨੂੰ ਬੈੱਡ ਚਾਹੀਦਾ ਹੋਵੇ, ਮੈਨੂੰ ਪਤਾ ਲੱਗ ਜਾਵੇ, ਮੈਂ ਰਾਤ ਤੱਕ ਫੋਨ ਕਰਦਾ ਰਹੂੰਗਾ ਕਦੇ ਦੋਸਤਾਂ ਨੂੰ, ਕਿਸੇ ਪੁਲਿਸ ਅਫਸਰ ਨੂੰ, ਕਿਸੇ MLA ਨੂੰ, ਬੈਂਸ ਸਾਹਿਬ ਨੂੰ, ਸਭ ਨੂੰ ਜਿੱਥੋਂ ਮੈਨੂੰ ਬੈੱਡ ਮਿਲ ਜਾਵੇ ਅਵੇਲੇਬਲ ਹੋ ਜਾਵੇ। ਮੈਂ ਦੋਸਤ ਭਰਾ ਜੀ ਇਸ ਕਰਕੇ ਨਾ ਰਹਿ ਮਰ ਜਾਵੇ ਕਿ ਉਹਨੂੰ ਇਲਾਜ ਨਹੀਂ ਹੋਇਆ, ਆਪਾਂ ਜਿੰਨੇ ਜੋਗੇ ਹੈਗੇ ਆਪਾਂ ਉਸਦੀ ਮਦਦ ਕਰੀਏ। ਔਰ ਇਸ ਚੀਜ਼ ਦੀ ਗਵਾਹੀ ਮੇਰਾ ਫੋਨ ਭਰਦਾ ਜਿੱਥੇ ਮੈਨੂੰ ਮੈਸੇਜ ਵਟਸਐਪ ਆਏ ਨੇ, ਮੈਂ ਭੇਜ ਦੂੰਗਾ ਕਿ ਮੈਂ ਕਿਹੜੇ ਕਿਹੜੇ ਦੋਸਤ ਨੂੰ ਕਿਹੜੇ ਕਿਹੜੇ ਹੋਸਪਿਟਲ ਦੇ ਵਿੱਚ ਬੈੱਡ ਦਵਾਏ ਨੇ, ਮਿੰਨਤਾਂ ਕਰ ਕਰਕੇ ਦਵਾਏ ਨੇ। ਇਹ ਨਹੀਂ ਕੋਈ ਸਹਾਨ ਆ, ਪਰ ਮੈਂ ਸੋਚਦਾ ਕਿ ਯਾਰ ਕੋਈ ਬੰਦਾ ਬੇਇਲਾਜ ਨਾ ਮਰ ਜਾਵੇ। ਜਦੋਂ ਆਪ ਤੇ ਬੀਬ ਦੀ ਹੈ ਨਾ ਪਤਾ ਉਦੋਂ ਹੀ ਲੱਗਦਾ, ਦੂਜੇ ਦੇ ਵਾਲ ਕੱਟਣੇ ਸਭ ਨੂੰ ਸੌਖੇ ਲੱਗਦੇ, ਆਪਣੇ ਕੱਟਣੇ ਪੈਣ ਬਹੁਤ ਔਖਾ ਲੱਗਦਾ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਸਾਰੇ ਦੋਸਤਾਂ ਨੂੰ, ਮੇਰੇ ਲੋਕ ਮੇਰੇ ਵੀਰ ਇਸ ਮੇਰੇ ਲਾਈਵ ਨੂੰ ਦੇਖਦੇ ਨੇ, ਯਾਰ ਜਿੰਨੀ ਮਦਦ ਹੋ ਸਕੇ, ਇਹ ਜ਼ਰੂਰੀ ਨਹੀਂ ਆ ਮਦਦ ਲਾਈਵ ਹੋ ਕੇ ਫੋਟੋ ਕਰਾ ਕੇ ਹੋਣੀ ਆ, ਲੋਕਾਂ ਨੂੰ ਬੈੱਡ, ਜੇ ਤੁਹਾਡਾ ਕੋਈ ਹੋਸਪਿਟਲ 'ਚ ਦੋਸਤ ਮਿੱਤਰ ਲੱਗਿਆ ਉਹਦੇ ਨਾਲ ਉਹਨੂੰ ਸ਼ੇਅਰ ਕਰੋ ਗੱਲਾਂ ਕਿ ਬਾਈ ਕਿ ਜਿੰਨੀ ਮਦਦ ਕਿਸੇ ਗਰੀਬ ਦੀ ਪੈਸੇ ਤੋਂ ਹੋ ਸਕਦੀ ਹੈ ਉਹ ਕਰੀਏ ਆਪਾਂ। NGO ਦਾ NGO ਬਹੁਤ ਸੋਹਣੇ ਕੰਮ ਕਰ ਰਹੀ ਹੈ, ਨਹੀਂ ਕਰ ਰਹੀ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਅਸੀਂ ਆਪ ਆਪਣੇ ਆਪ 'ਚ ਹੀ ਇੱਕ NGO, ਦਿਲ ਸਾਫ਼ ਹੋ ਜੇ ਆਪਾਂ ਆਪ ਹੀ NGO, ਲੋੜ ਹੀ ਨਹੀਂ ਕਿਸੇ ਚੀਜ਼ ਨੂੰ ਦੱਸਣ ਦੀ ਕਿ ਅਸੀਂ ਆਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ। ਮੇਰੀ ਇੱਕ ਫੇਸਬੁੱਕ 'ਤੇ ਫੋਟੋ ਨਹੀਂ ਹੋਣੀ ਸੇਵਾ ਕਰਦੇ ਦੀ, ਪਰ ਮੈਂ ਆਪਣੇ ਵਟਸਐਪ 'ਤੇ ਤੁਹਾਨੂੰ ਦਿਖਾ ਦੂੰਗਾ। ਜਿਹੜੇ ਬੰਦੇ ਨੂੰ ਇਸ ਚੀਜ਼ ਦੀ ਕਲੈਰੀਫਿਕੇਸ਼ਨ ਚਾਹੀਦੀ ਹੈ ਨਾ ਕਿ ਮੈਂ ਆਹ ਕੀਤਾ ਮੈਂ ਉਹ ਕੀਤਾ, ਅਤੇ ਮੈਂ ਵੀ ਉਹਨੂੰ ਦਿਖਾ ਦੂੰਗਾ ਕਿ ਅਸੀਂ ਕੀ ਕੀਤਾ। ਪਰ ਸਾਨੂੰ ਅਸੀਂ ਕੋਈ ਇਸ ਲਾਈਵ ਦੇ ਨਾਲ ਮਸ਼ਹੂਰ ਨਹੀਂ ਹੋਣਾ ਕਿ ਹਾਂ ਵੀ ਅਸੀਂ ਬਹੁਤ ਕੁਛ ਕੀਤਾ, ਪਰ ਮੈਂ ਸਾਰੇ ਦੋਸਤਾਂ ਨੂੰ ਕਹੂੰਗਾ ਆਹ ਘੜੀ ਆਹ ਵਕਤ ਦੇ ਵਿੱਚ ਪਾਰਟੀਆਂ ਤੋਂ ਉੱਤੇ ਉੱਠੋ, ਇੱਕ ਦੂਜੇ ਦਾ ਹੱਥ ਫੜੋ, ਆਪਣੇ ਦੋਸਤ ਰਿਸ਼ਤੇਦਾਰ ਦੋਸਤ ਨਾ ਵੀ ਹੋਵੇ ਜਿਹਨੂੰ ਲੋੜ ਆ ਉਹਦੀ ਮਦਦ ਕਰੋ। ਇਹ ਵਕਤ ਬੜਾ ਮਾੜਾ ਹੈ, ਇਹ 2000 ਆਪਾਂ ਕੱਢ ਲਈਏ ਸਾਲ 2020, ਸਾਰੇ ਤੰਦਰੁਸਤੀ ਨਾਲ ਰਹਿਣ, ਇਹੀ ਮੇਰੀ ਦਿਲ ਦੀ ਇੱਛਾ ਹੈ। ਅਤੇ ਦੂਜੀ ਗੱਲ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਜਿੰਨੇ ਲੀਡਰ ਸਾਹਿਬਾਨ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੇ ਇਲੈਕਸ਼ਨ ਲੜੀ, ਚਾਹੇ ਜਿਹੜੇ ਹਾਰ ਗਏ, ਜਿਹੜੇ ਲੜਨਾ ਚਾਹੁੰਦੇ ਨੇ ਮੇਰੇ ਵੀਰ, ਅਤੇ ਜਿਹੜੇ ਪੋਲੀਟਿਕਸ ਨਾਲ ਕੋਈ ਰਾਫਤਾ ਦਾਫਤਾ ਨਹੀਂ ਰੱਖਦੇ, ਸਾਰੇ ਜਣੇ ਅੱਗੇ ਆਓ, ਮਦਦ ਕਰੋ, ਆਵਾਜ਼ ਚੁੱਕਣੀ
सब तो वड्डी जरूरी गल आ जे आवाज ही ना चुकी कहिंदे मां भी रोण तो बिना दुध नहीं दिंदी बच्चे नूं आवाज चुकनी जरूरी है पर जे आवाज चुकण वाले ते चपेड़ा मार के पग्गां लाओगे ये बहुत गलत गल आ मैं इस लड़ाई दे विच सनी कैंत दे नाल आ ना कि एज अ लीगल सैल प्रेजिडेंट ऑफ लोक इंसाफ पार्टी पंजाब नो जस्ट एज अ सिटीजन लुधियाना शहर के वासी होने के ना नाते मैं सनी कैंत की उतरी हुई पग का इंसाफ लूंगा मैं उहदे नाल हर जगह जिथे वह कहूगा जो कानूनी सहायता उन्हें लोड़ होगी मैं सनी कैंत के नाल आऊंगा मैनू कोई भी मुल चुकाना पवे उहदे लई मैं चुकाऊंगा इदा ही पगा रोलन दूंगा कि जिदा ये चाहते हैं कि जिहड़ा कोई आवाज उठाऊगा उन्होंने पग ला देंगे सनी कैंत वीर तेरी पग नहीं उतरी सारे पंजाबियों की पग उतरी आ तू साडे लई मंगण गया सी वेंटीलेटर ना कि अपने प्यो लई अपनी माँ लई अपनी भैण लई अपनी वाइफ लई किसे लई नहीं साडे लई मंगण गया सी तेरी पग उतरी साडे करके असी तेरे नाल आ तैनू जिहड़ी कानूनी सहायता की लोड़ आ असी तेरे नाल आ और मैं सारे लुधियाने वासियों नू अपील करूंगा कि सनी कैंत दा साथ दिओ योधा बंदा जिन्हें साडे करके पग लवाई अपने करके नहीं लवाई उन्हें साडे करके लवाई आ ते जिन्होंने लाई आ मैं कानून सीपी साहब नू रिक्वेस्ट करूंगा हाथ जोड़ के कि की 295 नहीं बनती जे नहीं बनती लाइव हो के तुसी सारियां सेहत तुसी पूरा बहुत वधिया तरीके 1700 रुपए की किट भी दे रहे हो तुसी वधिया तरीके सारा कोविड का इलाज भी दस्या 295 ए भी पढ़ लियो वह भी बड़ी सौखी आ कि की हुंदी है 295 साढ़े सारे की रिलीजियस भावना हर्ट हुई है तो दूजी गल ये मैनू ये भी पता लगे चाला चलते पे ने कि इन्हां दे क्रॉस परचा दे दिओ मैं कहना जी क्रॉस परचा इस इंसीडेंट दे विच किस हालात च बनूगा मैं ये पुछूंगा सीपी साहब जे इन्हां दे क्रॉस परचा हो गया क्योंकि उन्हां दा कोई कसूर नहीं ये सारी दुनिया नूं पता लाइव है लाइव सारी दुनिया ने देखिया उन्हां दीआं पग्गां उतर दीआं मैं हाथ जोड़ के बेनती करदा निरपक्ष जांच करियो ते निरपक्ष इहदा फैसला दिओ सारे लोग तुहानूं देख रहे ने क्योंकि ये गल अज अंदर वड़ के नहीं अज मीडिया की हाजरी च होई आ और मैं मीडिया नूं वी इह कहूंगा लाइव बिठा के गोल गोल गल्लां ना करियो अज साफ तुहाडे सामने पग लत्थी आ तुसीं पग लत्थण तो पहला 25-30 जाने उत्थे तुसीं लाइव दिखा रहे सी हर एंगल तो तुसीं शूट कीता होया जे ये सनी कैंत हुणीए दा कसूर हैगा तो मैं मीडिया वीरां नूं कहूंगा कि तुसीं आ के एक बार बयान दिओ कि की सनी दा कोई कसूर सी पंज जाणिआं दे कोल कोई हथियार सी की किसी ने गोली चलाण दी कोई कहा सी कि मैं गोली चलाउणा सनी कैंत ने कहा सी मैं मारदा जां कुछ होर करदा क्यों उन्हां नूं कुट्टिआ उन्हां दी पग लाई ये मैं सारे अच्छा क्यों पुलिस की मौजूदगी 300-400 बंदा मौजूद सी दफ्तर दे विच केड़ी खुशी दे विच केड़ी पार्टी चलती उदा तुसीं कह रहे हो 25 बंदे तो वध 20 बंदे तो वध संस्कार ते नहीं कोई जा सकता 25 तो वध कोई पैलेस च नहीं जा सकता ते बिट्टू दा दफ्तर की इहो जिहा जिहड़ा 300 कहिंदे 300 बंदा नहीं सी यार वीडियो च तुसीं 150-200 ते बंदा दिखदा पिया ते किवें नहीं सी क्यों झूठ बोल दे किन्ना लुकोलोगे तुसीं मैं कहिंदा पुलिस वाला कहिंदा मेरे सामने नहीं आए फिर कहदा यार SHO आ तूं तेनू इन्ना ही नहीं पता लगा तेरे को 300 बंदा अंदर आराम नाल इकट्ठा हो गया तो तू उन्होंने एंट्री एंटर दिता तू बाहर भी कटिया फिर तू कुछ नहीं किया तुहाडे सारे मुलाजम पिछे ऐ करके बाह करके खड़ गए तुसी उन्होंने की क्या भरे हो अंदर भाग अगले दी तुसी उन्होंने अंदर तोड़ता की किया मौके पर अरैसट क्यों नहीं किए क्यों नहीं किए बस क्योंकि वह मौजूदा सरकार के बंदे इस करके इदा नहीं चलूगा यदा जवाब लाना गया सी जे तो परचा ना हो बंदिया जिदा का सनी कैंत होया और वीडियो के आए आ तो फिर असी सानू कानून मैं कोर्ट च जाऊँगा हर हाल के मैं कोर्ट के कंप्लेट लाऊंगा पर इंसाफ जरूर दवाऊंगा ये नहीं कि कांग्रेसी पग रोल के फिरन गए इदा नहीं होगा चाहे अकाली हो चाहे कांग्रेस चाहे लोक इंसाफ पार्टी का मैंबर क्यों ना कोई कोई होवे किसी किसी की पग लाने का अधिकार नहीं है तो ये इदा नहीं होगा वाहगुरू जी का खालसा वाहगुरू जी की फतेह।